ਵਾਹ ਜਿਹੜਾ ਤੁਸੀਂ ਬੜਾ ਸ਼ਾਂਤ ਜਿਹਾ ਪਾਣੀ ਥੱਲੇ ਦੇਖ ਰਹੇ ਹੋ ਨਾ ਇਹਦੇ ਥੱਲੇ ਲੱਖਾਂ ਲੋਕਾਂ ਦੇ ਘਰ ਹਨ ਰਾਜ ਮਹਿਲ ਦਾ ਅਸਲੀ 뷰 ਉਹ ਚਲੇ ਗਏ ਸਾਨੂੰ ਲੈ ਕੇ ਨਹੀਂ ਗਏ ਗੁਰਦੁਆਰਾ ਟਿੱਲਾ ਸਾਹਿਬ ਦੀ ਸਾਂਝ ਕੱਲ ਵਾਲੀ ਵੀਡੀਓ ਵਿੱਚ ਪੈ ਗਈ ਸੀ ਅਸੀਂ ਅਜੇ ਵੀ ਹਾਂ ਇੱਥੇ ਟੀਹਰੀ ਵਿੱਚ ਹਾਂ ਅੱਜ ਹੁਣ ਅਸੀਂ ਚੱਲੇ ਹਾਂ ਪੁਰਾਣਾ ਟੀਹਰੀ ਦੇਖਣ ਜਿਹੜਾ ਪਾਣੀ ਦੇ ਥੱਲੇ ਹੈ ਤੇ ਜਿਹੜਾ ਟੀਹਰੀ ਡੈਮ ਇੰਡੀਆ ਵਿੱਚ ਸਭ ਤੋਂ ਉੱਚਾ ਡੈਮ ਮੰਨਿਆ ਜਾਂਦਾ ਹੈ ਆਓ ਆਪਾਂ ਉਧਰ ਨੂੰ ਚੱਲਦੇ ਹਾਂ ਨਾਲੇ ਰਸਤੇ ਵਿੱਚ ਹੀ ਸਾਂਝ ਪਾਵਾਂਗੇ ਆਪਾਂ ਜਾ ਰਹੇ ਹਾਂ ਡੈਮ ਵੱਲ ਨੂੰ ਅਚਾਨਕ ਗੁਰਦੁਰਸ ਸਾਹਿਬ ਜੀ ਦੇ ਦਰਸ਼ਨ ਹੋ ਗਏ ਪਹਾੜੀ ਦੇ ਉੱਤੇ ਜ਼ੂਮ ਕਰਦੇ ਹਾਂ ਪਛਾਣੋ ਤੁਸੀਂ ਗੁਰਦੁਰਸ ਸਾਹਿਬ ਜੀ ਨੂੰ ਸਾਹਮਣੇ ਦਰਸ਼ਨ ਹੋ ਰਹੇ ਆ ਹੋਰ ਜ਼ੂਮ ਕਰਦੇ ਹਾਂ ਹੋਰ ਜ਼ੂਮ ਕਰਦੇ ਹਾਂ ਉਹ ਉੱਪਰ ਗੁੰਬਦ ਦੇ ਦਰਸ਼ਨ ਹੋ ਰਹੇ ਪਹਾੜੀ ਦੇ ਸੋ ਇਹ ਗੁਰਦੁਰਸ ਬਹੁਤ ਹੀ ਰੌਣਕ ਥਾਂ ਦੇ ਉੱਤੇ ਆ ਸੋ ਆ ਅਸਲੀ 뷰 ਆ ਅੱਖਾਂ ਦੇ ਨਾਲ ਦੇਖੀਏ ਤੇ ਇੰਨੀ ਦੂਰ ਹੈ ਜੇ ਉਧਰ ਗੁਰਦੁਰੇ ਸਾਹਿਬ ਜੀ ਦਾ ਦਰਸ਼ਨ ਹੋਏ ਤੇ ਇਧਰਲੇ ਪਾਸੇ ਦੇਖੋ ਪਹਾੜਾਂ ਦੇ ਉੱਤੇ ਘਰ ਸੜਕਾਂ ਤੇ ਹੈਗੀਆਂ ਹੈਗੀਆਂ ਥੱਲੇ ਝੀਲ ਹੈ ਜਿਹੜਾ ਜਿਹੜਾ ਸੂਰਜ ਇਸ ਵੇਲੇ ਉਧਰਲੇ ਪਾਸੇ ਆ ਸੋ ਬਹੁਤ ਜ਼ਿਆਦਾ ਕਲੀਅਰ ਦਿਖਾਈ ਨਹੀਂ ਦੇ ਰਿਹਾ ਪਰ ਆਹ ਦੇਖੋ ਪਾਣੀ ਇਹ ਝੀਲ ਬਹੁਤ ਵੱਡੀ ਹੈ ਤਕਰੀਬਨ 40 ਕਿਲੋਮੀਟਰ ਦੇ ਕਰੀਬ ਲੰਮੀ ਹੈ ਆਪਾਂ 7-8 ਕਿਲੋਮੀਟਰ ਦੂਰ ਆ ਗਏ ਆ ਏ ਹੁਣ ਛੋਟਾ ਜਿਹਾ ਇੱਕ ਸ਼ਹਿਰ ਸ਼ੁਰੂ ਹੋ ਗਿਆ ਜਿਸ ਨੂੰ ਬੀਪੁਰਮ ਕਹਿੰਦੇ ਆ ਤੇ ਆਪਾਂ ਹੁਣ ਇੱਥੇ ਕਿਤੇ ਲੱਗ ਗਏ ਹੀ ਖਲੋਣਾ ਹੈ ਹੋਪਫੁਲੀ ਇਥੋਂ ਇੱਕ ਸੋਹਣਾ 뷰 ਹੋਏਗਾ ਡੈਮ ਦਾ ਉੱਤੇ ਵੱਡੇ ਵੱਡੇ ਪਹਾੜ ਤੇ ਪੈਰਾਂ ਦੇ ਵਿੱਚ ਵੇਖੋ ਆ ਪਾਣੀ ਹੈ ਝੀਲ ਉਹ ਫੇਰ ਉਹ ਹੀ ਧੂਏਂ ਦੇ ਕਰਕੇ ਅਜ ਸਾਫ਼ ਨਹੀਂ ਦਿਖਾਈ ਦੇ ਰਿਹਾ ਤਾਂ ਇੱਕ ਚੀਜ਼ ਜਿਹੜੀ ਤੁਹਾਨੂੰ ਹੈਰਾਨ ਕਰੇਗੀ ਉਹ ਆ ਜਿਹੜਾ ਇੱਕ ਆਈਲੈਂਡ ਦਿਖਦਾ ਤੁਹਾਨੂੰ ਇਹ ਆਈਲੈਂਡ ਨਹੀਂ ਐਕਚੁਅਲ ਦੇ ਵਿੱਚ ਇਹ ਰਾਜ ਮਹਿਲ ਹੈ ਜਿਹੜਾ ਅਸਲੀ ਟੀਹਰੀ ਸੀ ਪਹਿਲਾ ਪੁਰਾਣਾ ਤੁਸੀਂ ਆ ਬਸ ਫੋਟੋ ਨੋਟ ਕਰ ਲਓ ਅਜੇ ਆਪਾਂ ਹੋਰ ਥੱਲੇ ਜਾਵਾਂਗੇ ਲਾਗੋਂ ਵੀ ਵੇਖਾਂਗੇ ਤਾਂ ਹੋਰ ਚੰਗੀ ਤਰ੍ਹਾਂ ਗੱਲ ਕਰਾਂਗੇ ਕਿ ਇਹ ਕੀ ਬਣਿਆ ਇੱਥੇ 메ਨ ਰੋਡ ਤੋਂ ਆਪਾਂ ਹੁਣ ਥੋੜਾ ਜਿਹਾ ਸਾਈਡ ਨੂੰ ਮੁੜ ਗਏ ਆ 메ਨ ਰੋਡ ਜਿਹੜਾ ਚੱਲਿਆ ਗਿਆ ਇੱਥੋਂ ਸ਼੍ਰੀਨਗਰ ਜਿਹੜਾ ਗੜਵਾਲ ਤੇ ਅੱਗੇ ਜੇ ਕਿਸੇ ਨੇ ਹਿਮਕੁੰਨ ਸਾਹਿਬ ਜਾਣਾ ਹੋਵੇ ਸੋ ਜਿਹੜੀਆਂ ਸੰਗਤਾਂ ਨਿਊ ਟਿਹਰੀ ਵੱਲੋਂ ਦੀ ਹਿਮਕੁੰਡ ਸਾਹਿਬ ਜਾਣਾ ਚਾਹੁੰਦੀਆਂ ਹਨ ਉਹ ਦੇਰਾ ਦੂਨ ਤੋਂ ਵੀ ਸਿੱਧੇ ਇੱਧਰ ਨੂੰ ਆ ਸਕਦੇ ਹਨ ਜੇ ਰਿਸ਼ੀਕੇਸ਼ ਤੋਂ ਇੱਥੇ ਆ ਕੇ ਇੱਥੋਂ ਫੇਰ ਸ਼੍ਰੀ ਨਗਰਵਾਲ ਨੂੰ ਜਾ ਕੇ ਸ਼੍ਰੀ ਨਗਰ ਤੋਂ ਫੇਰ ਉਸੇ ਰਸਤੇ ਤੇ ਹੀ ਹੋ ਜਾਈਦਾ ਹੈ ਇਹ ਡੈਮ ਥੱਲੇੋਂ ਜਦੋਂ ਆ ਇੱਕ ਚੌੜੀ ਕੰਧ ਬਣਾਉਣੀ ਸ਼ੁਰੂ ਕੀਤੀ ਨਾ ਡੈਮ ਵਾਸਤੇ ਇਹ ਥੱਲੇੋਂ ਤਕਰੀਬਨ 1 ਕਿਲੋਮੀਟਰ ਚੌੜੀ ਹੈ ਆ ਵੀਰ ਹੈ ਇੱਥੇ ਕੰਮ ਕਰਦੇ ਡੈਮ ਦੇ ਕੋਲ ਇਹ ਵੀਰ ਜੀ ਹੈਗੇ ਮੰਗਤ ਸਿੰਘ ਜੀ ਜਿਹੜੇ ਗ੍ਰੰਥੀ ਸਿੰਘ ਹਨ ਗੁਰਦੁਆਰਾ ਸਾਹਿਬ ਤੇ ਇਹ ਵੀਰ ਹੈ ਪ੍ਰੇਮ ਲਾਲ ਤੇ ਪ੍ਰੇਮ ਲਾਲ ਜੀ ਤੇ ਮੰਗਤ ਸਿੰਘ ਜੀ ਕਹਿੰਦੇ ਕਿ ਜਦੋਂ ਇਹ ਡੈਮ ਨਹੀਂ ਸੀ ਬਣਿਆ ਅਜੇ ਇਸ ਨਦੀ ਦੇ ਵਿੱਚ ਇੱਥੇ ਨਾ ਹੁੰਦੇ ਰਹੇ ਸੀ ਠੀਕ ਹੈ ਜੀ ਕੋਈ ਗੱਲ ਬਾਤ ਸੁਣਾਓ ਫਿਰ ਇੱਥੋਂ ਦੀ ਜਦੋਂ ਬੰਮ ਛੋਟੇ ਛੋਟੇ ਦੇ ਆ ਯਾ ਇੱਥੇ ਆਤੇ ਸੀ ਨਾਨੇ ਕੇ ਲਈ ਠੀਕ ਹੈ ਬਹੁਤ ਬੜ ਨਦੀ ਆਦੀਦੀ ਬਾਗਰਤੀਆ ਬਿਲੰਗਣਾ ਆਦੀਦੀ ਬਸ ਖੇលਤੇ ਰਹਤੇਦੇ ਪੜਨ ਜਾਣਾ ਸਾ ਕਬੀ ਜਾਂਦੇ ਤੇ ਕਬੀ ਨਹੀਂ ਜਾਂਦੇ ਤੇ ਮੈਂ ਖੂਬ ਮਸਤੀ ਲਈ ਸਰ ਨੇ ਸ ਸਕੂਲ ਟਾਈਮ ਦੀ ਫੁੱਲ ਮਸਤੀ ਕੀਤੀ ਇੱਥੇ ਤੁਸੀਂ ਡੈਮ ਦੇ ਆਪਾਂ ਹੋਰ ਨੇੜੇ ਪਹੁੰਚੀ ਜਾ ਰਹੇ ਆ ਖੱਬੇ ਪਾਸੇ ਬਹੁਤ ਸੋਹਣੀ ਪਾਰਕ ਬਣੀ ਹੋਈ ਆ ਫੁੱਲ ਖਿੜੇ ਹੋਏ ਆ ਵਿੱਚ ਸੜਕ ਸੁੰਨਸਾਨ ਜਈ ਹੈ ਕਿਉਂਕਿ ਬਹੁਤ ਲੋਕ ਇਸ ਰੋਡ ਤੇ ਨਹੀਂ ਆਉਂਦੇ 메ਨ ਰੋਡ ਪਿੱਛੇ ਵੱਖਰੀ ਰਹਿ ਗਈ ਸੀ। ਉਹ ਜੋ ਉੱਪਰ ਨਵੀਂ ਟੀਹਰੀ ਜਿੱਥੋਂ ਅਸੀਂ ਆਏ ਆ। ਆਹ ਵਾ ਇੱਥੇ ਜਿੱਥੇ ਅਸੀਂ ਡੈਮ ਦੇ ਕੋਲ ਆਏ ਹੋਏ ਆ। ਬਾਕੀ ਤੁਹਾਨੂੰ ਹੁਣ ਪੁਰਾਣੀ ਟੀਹਰੀ ਦੀ ਬਾਕੀ ਗੱਲ ਦੱਸ ਦਿਆਂ ਸਾਰੀ। ਹਾਂਜੀ ਦਾਸ ਤੇ ਵੀਰ ਬੰਗਤ ਸਿੰਘ ਹੁਣ ਅਸੀਂ ਡੈਮ ਲੰਘ ਕੇ ਤੇ ਦੂਜੇ ਪਾਸੇ ਆ ਗਏ ਆ ਡੈਮ ਦੇ। ਆਓ ਤੁਹਾਨੂੰ ਹੁਣ ਇੱਥੋਂ ਪੂਰੀ ਗੱਲ ਸੁਣਾਉਨੇ ਆ ਟੀਹਰੀ ਦੀ। ਇੱਕ ਪੁਰਾਣਾ ਸ਼ਹਿਰ ਸੀਗਾ ਜਿਹੜਾ ਇੱਥੇ ਵੱਸਦਾ ਸੀ ਆ ਜਿਹੜਾ ਥਾਂ ਤੁਸੀਂ ਸਾਰਾ ਦੇਖ ਰਹੇ ਆ ਨਾ ਇੱਥੇ ਅਸਲ ਵਿੱਚ ਇੱਕ ਬੜਾ ਵੱਡਾ ਸ਼ਹਿਰ ਵੱਸਦਾ ਸੀ ਜਿਸ ਨੂੰ ਟੀਹਰੀ ਕਿਹਾ ਜਾਂਦਾ ਸੀ ਤੇ ਇਹ ਟੀਹਰੀ ਅਗੜਵਾਲ ਅਸਲ 'ਚ ਰਾਜਿਆਂ ਦਾ ਇੱਥੇ ਰਾਜ ਮਹੱਲ ਸੀ ਜਿਹੜਾ ਤੁਸੀਂ ਹੁਣ ਉੱਚਾ ਇੱਕ ਪਾਣੀ ਦੇ ਵਿੱਚ ਟਿੱਬਾ ਜਿਹਾ ਦੇਖ ਰਹੇ ਆ ਉਹਦੇ ਉੱਤੇ ਮਕਾਨ ਬਣੇ ਜਿਨ੍ਹਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਹਨ ਤੇ ਢਾਹ ਢੇਰੀ ਹੋ ਗਏ ਹਨ ਪਰ ਕੰਧਾਂ ਅਜੇ ਵੀ ਖੜੀਆਂ ਹਨ ਉਹ ਮਕਾਨ ਉਹ ਰਾਜਿਆਂ ਦਾ ਰਾਜ ਮਹਿਲ ਹੈ ਜਿਹੜਾ ਇਹ ਟੀਰੀ ਸੀ ਨਾ ਇਹ ਉਹਦੇ ਵਿੱਚ ਸਭ ਤੋਂ ਉੱਚਾ ਥਾਂ ਸੀਗਾ ਉਸ ਵੇਲੇ 300 ਮੀਟਰ ਦੇ ਕਰੀਬ ਉੱਚਾ ਬਾਕੀ ਸ਼ਹਿਰ ਜਿਹੜਾ ਸੀ ਉਹ ਥੱਲੇ ਵਸਿਆ ਹੋਇਆ ਸੀ ਤੇ ਜਦੋਂ ਇਹ ਡੈਮ ਬਣਿਆ ਉਦੋਂ ਸਾਰਾ ਦਾ ਸਾਰਾ ਸ਼ਹਿਰ ਡੁੱਬ ਗਿਆ ਜਿਹੜਾ ਪਾਸਾ ਤੁਸੀਂ ਇਹ ਦੇਖ ਰਹੇ ਆ ਇਧਰੋਂ ਪਾਗੀਰਥੀ ਨਦੀ ਆਉਂਦੀ ਸੀ ਉਹ ਇੱਥੇ ਇਕੱਠੀਆਂ ਹੁੰਦੀਆਂ ਹਨ ਤੇ ਜੇ ਇਧਰੋਂ ਦੇਖੀਏ ਇਧਰੋਂ ਬਿਲੰਗਣਾ ਨਦੀ ਆਉਂਦੀ ਸੀ ਹੁਣ ਨਦੀਆਂ ਤਾਂ ਪਤਾ ਹੀ ਨਹੀਂ ਲੱਗਦਾ ਕਿਉਂਕਿ ਇਹ ਡੈਮ ਬਣਨ ਕਰਕੇ ਪਾਣੀ ਬਹੁਤ ਉੱਚਾ ਆ ਗਿਆ ਹੈ ਤੇ ਜੇ ਤੁਸੀਂ ਦੂਜੇ ਪਾਸੇ ਵੇਖੋ ਨਾ ਹੁਣ ਪਹਾੜਾਂ ਤੇ ਤੇ ਤੁਹਾਨੂੰ ਪਤਾ ਲੱਗੇਗਾ ਜਿੱਥੋਂ ਤੱਕ ਸਾਫ਼ ਦਿਖਾਈ ਦਿੰਦਾ ਹੈ ਨਾ ਜਿੱਥੇ ਜਿੱਥੇ ਤੱਕ ਦਰਖਤ ਨਹੀਂ ਹਨ ਉਥੋਂ ਤੱਕ ਪਾਣੀ ਚੜ ਜਾਣਾ ਹੈ ਥੋੜੇ ਦਿਨਾਂ ਤੱਕ ਜਦੋਂ ਮੀਂਹ ਪੈਣੇ ਸ਼ੁਰੂ ਹੋਏ ਸਮਝ ਲਓ ਕਿ ਅਗਸਤ ਤੱਕ ਪਾਣੀ ਉਥੇ ਚੜ ਜਾਣਾ ਹੈ ਤੇ ਜਿਹੜਾ ਰਾਜ ਮਹਿਲ ਦਾ ਟਿੱਬਾ ਪਾਣੀ ਦੇ ਵਿੱਚ ਦਿਖਾਈ ਦਿੰਦਾ ਹੈ ਉਹ ਬਿਲਕੁਲ ਦਿਖਾਈ ਦੇਣੋਂ ਖਤਮ ਹੋ ਜਾਏਗਾ ਇਹ ਵੀਰ ਮੰਗਤ ਸਿੰਘ ਹੋਣੀ ਪੁਰਾਣੀ ਟੀਹਰੀ ਦੇ ਹੀ ਰਹਿਣ ਵਾਲੇ ਹਨ ਤੇ ਕੱਲ ਜਦੋਂ ਘਰੇ ਗੱਲ ਚੱਲੀ ਸੀ ਤਾਂ ਭੈਣ ਜੀ ਕਹਿੰਦੇ ਸੀ 40 ਪਿੰਡ ਖਤਮ ਹੋ ਗਏ ਸੀਗੇ ਇੱਥੇ ਮੰਨਿਆ ਜਾਂਦਾ ਹੈ ਕਿ ਉਹ ਸਾਰੇ ਦੇ ਸਾਰੇ ਘਰ ਇਸ ਪਾਣੀ ਦੇ ਥਲ ਇਹ ਅਜੀਬ ਹੀ ਉਦਾਂ ਦੇ ਉਦਾਂ ਹੀ ਪਏ ਹਨ ਵੀਰ ਜੀ ਤੇ ਅਸੀਂ ਜਦੋਂ ਆ ਰਹੇ ਸੀਗੇ ਵੀਰ ਜੀ ਕਹਿੰਦੇ ਕਿ ਗੁਰਦੁਆਰਾ ਸਾਹਿਬ ਵੀ ਇਸੇ ਪਾਣੀ ਦੇ ਵਿੱਚ ਕਿਤੇ ਥੱਲੇ ਹੈ ਹੁਣ ਤੁਸੀਂ ਦੇਖੋ ਵੀ ਇੰਨੀ ਦੁਨੀਆ ਆਬਾਦੀ ਜਿਹੜੀ ਉਹ ਇਸ ਡੈਮ ਨੂੰ ਬਣਾਉਣ ਲੱਗਿਆਂ ਉਜੜੀ ਸੀਗੀ ਨਵਾਂ ਟੀਰੀ ਸ਼ਹਿਰ ਜਿਹੜਾ ਵਸਾਇਆ ਗਿਆ ਸੀ ਉਹ ਬਹੁਤ ਛੋਟਾ ਹੈ ਪੁਰਾਣੀ ਟੀਰੀ ਦੇ ਕੰਪੈਰੀਟਿਵਲੀ ਕਿਉਂਕਿ ਜਿਹੜੇ ਲੋਕ ਇੱਥੋਂ ਛੱਡ ਕੇ ਗਏ ਕੁਝ ਤਾਂ ਨਵੀਂ ਟੀਰੀ ਵਿੱਚ ਵਸੇ ਪਰ ਬਹੁਤ ਸਾਰੇ ਲੋਕ ਦੇਹਰਾਦੂਨ ઋਸ਼ੀਕੇਸ਼ ਹਰਿਦਵਾਰ ਜਾਂ ਹੋਰ ਸ਼ਹਿਰਾਂ ਵਿੱਚ ਜਾ ਕੇ ਵਸ ਗਏ ਇਹ ਡੈਮ ਬਹੁਤ ਤਗੜਾ ਹੈ ਤੇ ਐਗਜ਼ੈਕਟਲੀ 260.5 ਮੀਟਰ ਦੀ ਹਾਈਟ ਹੈ ਔਰ ਪਾਣੀ ਇਹਦੇ ਮੰਗਰ ਇਨਾ ਜ਼ਿਆਦਾ ਹੈ ਕਿ ਰੱਬ ਨਾ ਕਰੇ ਜੇ ਕਦੇ ਇਹ ਡੈਮ ਟੁੱਟ ਗਿਆ ਤਾਂ ઋਸ਼ੀਕੇਸ਼ ਤੇ ਹਰਿਦਵਾਰ ਵਰਗੇ ਸ਼ਹਿਰ ਹੀ ਨਕਸ਼ੇ ਤੋਂ ਮਿਟ ਜਾਣਗੇ ਤੇ ਭਾਜੀ ਦੱਸ ਰਹੇ ਕਿ ਜਦੋਂ ਇਹਨਾਂ ਦਾ ਮਕਾਨ ਸੀ ਉਹਦਾ ਵੀ ਪਾਣੀ ਸਮਾਨ ਜਿਹੜਾ ਸੀ ਉਹ ਡੁੱਬ ਗਿਆ ਸੀਗਾ ਗੁਰਦਾਰ ਸਾਹਿਬ ਦਾ ਵੀ ਅੱਧਾ ਸਮਾਨ ਡੁੱਬਿਆ ਸੀ ਉਸ ਤੇ ਗੁਰਦਾਰ ਸਾਹਿਬ ਦਾ ਵੀ ਡੁੱਬ ਗਿਆ ਸੀਗਾ ਹਾਂ ਜੀ ਇਹਨਾਂ ਪਾਣੀ ਚੜ ਗਿਆ ਸੀ ਉਸ ਅਸੀਂ ਮਹਾਰਾਜ ਪਹਿਲੇ ਸਰੂਪ ਕੱਟ ਕੇ ਲਿਆਏ ਸੀ ਬਸ ਸੋ ਗੁਰੂ ਸਾਹਿਬ ਦਾ ਸਰੂਪ ਪਹਿਲਾਂ ਆ ਗਿਆ ਸੀ ਰਾਤੀ ਅਸੀਂ 6 ਵਜੇ ਕੱਢਿਆ ਤੇ ਰਾਤੀ 10 ਵਜੇ ਪਾਣੀ ਚੜ ਗਿਆ ਸੀ ਸੋ ਆ ਜਿਹੜਾ ਤੁਸੀਂ ਬੜਾ ਸ਼ਾਂਤ ਜਿਹਾ ਪਾਣੀ ਥੱਲੇ ਦੇਖ ਰਹੇ ਆ ਨਾ ਇਹਦੇ ਥੱਲੇ ਲੱਖਾਂ ਲੋਕਾਂ ਦੇ ਘਰ ਹਨ ਤਕਰੀਬਨ 1 ਲੱਖ ਲੋਕਾਂ ਨੂੰ ਦੱਸਦੇ ਹਨ ਕਿ ਉਦੋਂ ਇੱਥੋਂ ਪ੍ਰਵਾਸ ਕਰਨਾ ਪਿਆ ਸੀ ਆਪਣੇ ਘਰ ਛੱਡ ਕੇ ਜਾਣਾ ਪਿਆ ਸੀਗਾ ਅੱਜ ਵੀ ਉਹ ਘਰ ਥੱਲੇ ਉਦਾਂ ਦੇ ਉਦਾਂ ਹੋਣਗੇ ਕਿਉਂਕਿ ਪਾਣੀ ਦਾ बहाव ਤੇਜ਼ ਨਹੀਂ ਹੈ ਡੈਮ ਹੋਣ ਕਰਕੇ ਪਾਣੀ ਬਿਲਕੁਲ ਖਲੋਤੇ ਵਰਗਾ ਹੀ ਹੁੰਦਾ ਹੈ ਤਾਂ ਮੈਨੂੰ ਤਾਂ ਉਹ ਦੂਸਰੇ ਪਾਸੇ ਨਾ ਥੱਲੇ ਦਿਖਦੇ ਹਨ ਜਿਵੇਂ ਨਾ ਇਟਾਂ ਦੇ ਇਟਾਂ ਦੇ ਵੱਡੇ ਵੱਡੇ ਢੇਰ ਤੇ ਉਹ ਐਵੇਂ ਲੱਗਦਾ ਜਿਵੇਂ ਉੱਥੇ ਵੀ ਕਿਸੇ ਟਾਈਮ ਤੇ ਮਕਾਨ ਸੀਗੇ ਜਿਹੜੇ ਟਹਿ ਢੇਰੀ ਹੋ ਗਏ ਆ ਤੇ ਉਹ ਘਰ ਦੇ ਉੱਤੇ ਜਿਹੜੀਆਂ ਪੌੜੀਆਂ ਜੀਆਂ ਬਣੀਆਂ ਹੋਈਆਂ ਹਨ ਇਹ ਅਸਲ ਦੇ ਵਿੱਚ ਉਸ ਟਾਈਮ ਦੇ ਉੱਤੇ ਖੇਤ ਸਨ ਤੇ ਜੇ ਤੁਸੀਂ ਹੋਰ ਇਧਰਲੇ ਪਾਸੇ ਵੇਖੋ ਉਹ ਇੱਕ ਰਸਤਾ ਸੀਗਾ ਜਿਹੜਾ ਪਰਾਂ ਨੂੰ ਜਾਂਦਾ ਰਸਤਾ ਅਜੇ ਵੀ ਹੈ ਔਰ ਉੱਥੇ ਆ ਕੇ ਵੇਖੋ ਬਿਲਕੁਲ ਖਤਮ ਹੋ ਜਾਂਦਾ ਡੈਮ ਦੇ ਕੋਲ ਇਹ ਇਧਰੋਂ ਉੱਪਰ ਨੂੰ ਜਾ ਰਿਹਾ ਰਸਤਾ ਨਾਲ ਨਾਲ ਕਿੰਨਾ ਸੋਹਣਾ ਸਾਫ਼ ਸੁਥਰਾ ਰਸਤਾ ਹੈ ਇੱਥੋਂ ਲੋਕਾਂ ਨੇ ਪਾਰ ਜਾਣਾ ਹੋਵੇ ਤਾਂ ਬਹੁਤ ਦੂਰ ਜਾਂ ਤੇ ਇੱਧਰ ਇੱਕ ਪੁਲ ਹੈ ਜਾਂ 1 ਘੰਟਾ ਲੱਗੇਗਾ ਇੱਧਰ ਨੂੰ ਦੂਜੇ ਪਾਸੇ ਜਾ ਕੇ ਇੱਕ ਪੁਲ ਹੈ ਪਾਰ ਜਾਣ ਵਾਸਤੇ ਸੋ ਜਿਹੜੇ ਘਰ ਤੁਸੀਂ ਇੱਧਰੋਂ ਦੂਜੇ ਪਾਸੇ ਦੇਖ ਰਹੇ ਹੋ ਸੋਚੋ ਉਹਨਾਂ ਦੀ ਲਾਈਫ ਕਿੰਨੀ ਔਖੀ ਹੋਏਗੀ ਪਰ ਹੁਣ ਆ ਇੱਕ ਟਰਾਲੀ ਹੈ ਇੱਧਰ ਆ ਸਟੇਸ਼ਨ ਬਣਿਆ ਹੋਇਆ ਟਰਾਲੀ ਦਾ ਉੱਪਰ orange ਕਲਰ ਦੀ ਟਰਾਲੀ ਵੀ ਖਲੋਤੀ ਹੋਈ ਆ ਉਹ ਇਨ੍ਹਾਂ ਤਾਰਾਂ ਤੇ ਚੱਲ ਕੇ ਉਧਰ ਲੈ ਜਾਂਦੀ ਹੈ ਔਰ ਦੂਜੇ ਪਾਸੇ ਵੀ ਟਰਾਲੀ ਦਾ ਸਟੇਸ਼ਨ ਬਣਿਆ ਹੋਇਆ ਹੈ ਤੇ ਭਾਜੀ ਦੱਸਦੇ ਹੀ ਲੋਕੀ ਆਪਣੀ ਸਕੂਟੀ ਮੋਟਰਸਾਈਕਲ ਵਗੈਰਾ ਵੀ ਵਿੱਚੇ ਰੱਖ ਲੈਂਦੇ ਹਨ ਪੈਸੇ ਦਿੰਦੇ ਹਨ ਇਧਰ ਉਧਰ ਚਲੇ ਜਾਂਦੇ ਹਨ ਆ ਦਿਨ ਵੇਲੇ ਤੇ ਲੱਗਦਾ ਜਿਵੇਂ ਬੜੇ ਸ਼ਾਂਤ ਜਿਹੇ ਪਹਾੜਾ ਨਾ ਤੇ ਜਦੋਂ ਤੁਸੀਂ ਐਕਚੁਅਲੀ ਰਾਤ 'ਚ ਦੇਖੋ ਇਧਰ ਨੂੰ ਤਾਂ ਲਾਈਟਾਂ ਹੀ ਲਾਈਟਾਂ ਜਗਨਦੀਆਂ ਹੁੰਦੀਆਂ ਦੀਵਾਲੀ ਵਾਂਗ ਸੋ ਇੰਨੇ ਜਿਆਦੇ ਘਰ ਆ ਇਹਦੇ ਵਿੱਚ ਉਹ ਟਰਾਲੀ ਤੁਰ ਪੀ ਜੇ ਚਲ ਭਾਈ ਆਹ ਕੌਣ ਤੇ ਐਸਾ ਹੀ ਟਾਈਮ ਆ ਉਹ ਚਲੇ ਗਏ ਸਾਨੂੰ ਲੈ ਕੇ ਨਹੀਂ ਗਏ ਹਾਲੇ ਗਈ ਸਰ ਟਿਪਰੀ ਮਦਨ ਨੇਗੀ ਰੱਜੂ ਮਾਰਗ ਸੇਵਾ ਆ ਚਲ ਗਈ ਹੈ ਕੁਝ ਦਰਖਤ ਹਨ ਜਿਹੜੇ ਪਾਣੀ ਚ ਡੁੱਬ ਜਾਂਦੇ ਆ ਆ ਦੇਖੋ ਹੁਣ ਇਹਦਾ ਇੱਕ ਵੀ ਪਤਾ ਨਹੀਂ ਹੈਗਾ ਇਹ ਪਾਣੀ ਚ ਡੁੱਬਣ ਕਰਕੇ ਆ ਦਰਖਤ ਸੁੱਕਾ ਹੋਇਆ ਜਿਹੜਾ ਉਹ ਥੱਲੇ ਦਿਖਾਈ ਦੇ ਰਿਹਾ ਦੂਰ ਕਲੀਅਰ ਭਾਵੇਂ ਜਿਆਦਾ ਨਾ ਹੋਵੇ ਕਿ ਜ਼ੂਮ ਬਹੁਤ ਕੀਤਾ ਹੋਇਆ ਇੱਥੋਂ ਚੱਲਦੀ ਹੈ ਇਹ ਟਰਾਲੀ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 4:30 ਵਜੇ ਤੱਕ ਕੁੱਲ ਲੰਬਾਈ ਇਹਦੀ ਹੈਗੀ ਆ 984 ਮੀਟਰ ਯਾਤਰਾ ਦਾ ਸਮੇਂ 10 ਮਿੰਟ ਤੇ ਯਾਤਰਾ ਸ਼ੁਲਕ 150 ਰੁਪਏ ਆ ਵੱਡੀਆਂ-ਵੱਡੀਆਂ ਗਰਾਰੀਆਂ ਕੋ ਮਣਦਈਆਂ ਜਿਹੜੀਆਂ ਟਰਾਲੀ ਨੂੰ ਲੈ ਕੇ ਆਉਣਗੀਆਂ ਭਾਜੀ ਇੱਥੋਂ ਦੇ ਰਹਿਣ ਵਾਲੇ ਆ ਸਾਰੇ ਇਹਨਾਂ ਦੇ ਦੋਸਤ ਮਿੱਤਰ ਹੀ ਆ ਜਿਹੜੇ ਨਾਲ ਇੱਥੇ ਰਹਿੰਦੇ ਪੜ੍ਹੇ ਆ ਨਾਲ ਸੋ ਇਹ ਹੈ ਜੀ ਟਰਾਲੀ ਅੰਦਰ ਲਾਈਫ ਵੈਸਟਸ ਬਣੀਆਂ ਹੋਈਆਂ ਵਾ ਦੋ ਵੀਰ ਆ ਇਸ ਵੇਲੇ ਆਪਣੇ ਵਿੱਚ ਅਸੀਂ ਪਹਿਲਾਂ ਸੋਚਿਆ ਸੀ ਚੱਲੀਏ ਪਰ ਫਿਰ ਸਮਾਂ ਜ਼ਿਆਦਾ ਲੱਗ ਜਣਾ ਗਰਮੀ ਹੈ ਤੇ ਅਸੀਂ ਜਾਣਾ ਹੈ ਕਿਤੇ ਇਹ ਹੈ ਜੀ ਆਪਣਾ ਘੋੜਾ ਆਪਾਂ ਨੂੰ ਸਾਰੇ ਥਾਂ ਇਹੀ ਲਈ ਫਿਰਦਾ ਆਹ ਜੇ ਜੀ ਉਸ ਰਾਜ ਮਹਿਲ ਦਾ ਅਸਲੀ 뷰 ਉੱਚਾ ਜਿਹਾ ਢੱਬਾ ਹੈ ਉਹਦੇ ਉੱਤੇ ਉਹ ਦੇਖੋ ਮਕਾਨ ਬਣੇ ਹੋਏ ਅੱਜ ਵੀ ਛੱਤਾਂ ਤੇ ਲੱਗਦਾ ਡਿੱਗ ਚੁੱਕੀਆਂ ਹਨ ਤੇ ਪਰ ਆਲੇ-ਦੁਆਲੇ ਨੂੰ ਫੇਰ ਵੀ ਪਤਾ ਲੱਗਦਾ ਹੈ ਕਿਸੇ ਟਾਈਮ ਵੇਖੋ ਕਿੰਨੀਆਂ ਇੱਥੇ ਰੌਣਕਾਂ ਹੋਣਗੀਆਂ ਆਲੇ ਦੋਲੇ ਸ਼ਹਿਰ ਤੇ ਹੁਣ ਹੁਣ ਕੁਝ ਵੀ ਨਹੀਂ ਹੁਣ ਪਾਣੀ ਪਾਣੀ ਸਮੁੰਦਰ ਬਣ ਗਿਆ ਆਲੇ ਦੋਲੇ ਡੈਮੋ ਵਾਲੇ ਪਾਸਿਓਂ ਘੁੰਮ ਕੇ ਆਪਾਂ ਹੁਣ ਇੱਧਰ ਆ ਗਏ ਆ ਸਾਹਮਣੇ ਡੈਮ ਦਿਖਾਈ ਦੇ ਰਿਹਾ ਵਾ ਤੇ ਇੱਥੇ ਹੁਣ ਥੱਲੇ ਹੈਗਾ ਜਿੱਥੇ ਬੇੜੀਆਂ ਹਨ ਬੋਟਿੰਗ ਹੁੰਦੀ ਹੈ ਬੋਟਿੰਗ ਤੇ ਅਸੀਂ ਭਾਵੇਂ ਨਾ ਹੀ ਕਰੀਏ ਪਰ ਇਹ ਆ ਕਿ ਕਰੀ ਹੁਣ ਥੱਲੇ ਹੋ ਕੇ ਆਉਨੇ ਆ ਉਹ ਉੱਪਰ ਹੋਟਲ ਹੈ ਉਥੋਂ ਲੋਕ ਥੱਲੇ ਚੱਲ ਜਾਂਦੇ ਇੰਜੋਏ ਕਰਨ ਆ ਹੁਣ ਪਾਣੀ ਕਿੰਨਾ ਨੀਵਾ ਅੱਜ ਜੂਨ ਹੈ ਅਗਸਤ ਦੇ ਵਿੱਚ ਵਾਪਸ ਇੱਥੇ ਆਓਗੇ ਤੇ ਜਿਸ ਥਾਂ ਤੇ ਅਸੀਂ ਖੜੇ ਆ ਇੱਥੇ ਖੜੇ ਨਹੀਂ ਹੋ ਸਕਾਂਗੇ ਪਾਣੀ ਇੰਨਾ ਚੜ ਚੁੱਕਾ ਹੁੰਦਾ ਕਿ ਉੱਪਰ ਤੱਕ ਪਾਣੀ ਆ ਜਾਣਾ ਹੈ ਇਹ ਸਾਰਾ ਥਾਂ ਉਸ ਵੇਲੇ ਡੁੱਬ ਜਾਣਾ ਹੈ ਉਧਰ ਸਾਹਮਣੇ ਬੇੜੀਆਂ ਬੋਟਿੰਗ ਕਰਨ ਵਾਸਤੇ ਦੂਜੇ ਪਾਸੇ ਵੀ ਕਾਫੀ ਆ ਉਧਰ ਵੀ ਜਾਣੇ ਆ ਵਿੱਚ ਇੱਕ ਟੈਂਪਰੇਰੀ ਦੁਕਾਨਾਂ ਬਣੀਆਂ ਹੋਈਆਂ ਜਿੱਥੇ ਲੋਕ ਟੂਰਿਸਟ ਆਉਂਦੇ ਆ ਖਾਂਦੇ ਪੀਂਦੇ ਆ ਤੇ ਬੋਟਿੰਗ ਕਰਦੇ ਆ ਆਪਾਂ ਹੁਣ ਦੂਜੇ ਪਾਸੇ ਚੱਲ ਕੇ ਆਉਨੇ ਆ ਬਾਜੀ ਮੰਗਤ ਸਿੰਘ ਹੋਣੀ ਇਸ ਥਾਂ ਤੇ ਰਹਿੰਦੇ ਸੀਗੇ ਜਿਹੜਾ ਹੁਣ ਪਾਣੀ ਦੇ ਵਿੱਚ ਆ ਗਿਆ ਇਹ ਪੁਰਾਣੀ ਟਿਹਰੀ 2000 ਸਨ ਤੱਕ ਇੱਥੇ ਰਹਿੰਦੇ ਰਹੇ ਆ ਤੇ ਭਾਜੀ ਦੱਸ ਰਹੇ ਸੀ ਕਿ ਜਦੋਂ ਇੱਥੇ ਆਉਂਦੇ ਨਾ ਬੜੇ ਮਿਕਸਡ ਈਮੋਸ਼ਨ ਹੁੰਦੇ ਆ ਕਿਉਂਕਿ ਇਹ ਉਹਨਾਂ ਦਾ ਅਸਲੀ ਘਰ ਸੀਗਾ ਜਿੱਥੇ ਉਹ 20 ਸਾਲ ਰਹੇ ਆ ਇਹਨਾਂ ਦੇ ਪਿਤਾ ਜੀ ਦਾਦਾ ਜੀ ਤੱਕ ਸਾਰੇ ਇੱਥੇ ਰਹਿੰਦੇ ਹੁੰਦੇ ਸਨ ਪੁਰਾਣੀ ਟਿਹਰੀ ਦਾ ਦਰਖਤ ਸਾਰਾ ਪਿੰਡੇ ਦਾ ਪਰਿਵਾਰ ਹੋਣਾ ਵਾ ਸਾਰਿਆਂ ਨੂੰ ਇਹ ਸ਼ਾਨ ਦਿੰਦਾ ਹੋਣਾ ਅੱਜ ਇਹਦੀਆਂ ਆਪਣੀਆਂ ਵੀ ਜੜਾਂ ਪੁੱਟੀਆਂ ਗਈਆਂ ਅੱਜ ਦੇਖੋ ਇਹ ਵਿਚਾਰਾ ਕਿਦਾਂ ਉਦਾਸ ਜੇ ਹਾਲਾਤਾਂ ਦੇ ਵਿੱਚ ਪਿਆ ਦੇਖੋ ਕਿੰਨੀਆਂ ਬੇੜੀਆਂ ਸਟਾਰਟ ਵੀ ਹੋਣਦੀਆਂ ਸਪੀਡ ਬੋਰਡਸ ਹੈਗੀਆਂ ਵਾ ਪੂਰੀਆਂ ਭੱਜਣ ਵਾਲੀਆਂ ਤਰ੍ਹਾਂ-ਤਰ੍ਹਾਂ ਦੀਆਂ ਲੱਗੀਆਂ ਇੱਥੇ ਸਵੇਰ ਦੇ ਜੇ 9:30 ਹੋਏ ਲੋਕ ਆਉਣੇ ਸ਼ੁਰੂ ਹੋਏ ਆ ਜਿਉਂ-ਜਿਉਂ ਦਿਨ ਚੜ੍ਹੇਗਾ ਲੱਗਦਾ ਦੁਨੀਆ ਆਉਣੀ ਸ਼ੁਰੂ ਹੋ ਜਾਏਗੀ ਆ ਥੱਲੇ ਬੇੜੀਆਂ ਇਹਨਾਂ ਦੇ ਉੱਤੋਂ ਹੀ ਉਹ ਕੰਨਦ ਦੂਰ ਦਿਖਾਈ ਦਿੰਦੀ ਐ ਉਹ ਡੈਮ ਐ ਜਿੱਥੇ ਸਵੇਰੇ ਉਹ ਟਰਾਲੀ ਚੱਲਦੀ ਸੀ ਉਹ ਇਧਰਲੇ ਪਾਸੇ ਐ ਦੂਰ ਉਹ ਡੈਮ ਦੇ ਦੂਜੇ ਪਾਸੇ ਸੀ ਹੁਣ ਅਸੀਂ ਦੂਜੇ ਪਾਸੇ ਆ ਗਏ ਆ ਇੱਕ ਹੋਰ ਚੱਲੀ ਆ ਹੁਣ ਧੁੱਪ ਹੋ ਗਈ ਆ ਹੁਣ ਲੋਕਾਂ ਦਾ ਫਿਰਨ ਦਾ ਟਾਈਮ ਹੋ ਚੱਲਾ ਤੇ ਅਸੀਂ ਸਵੇਰ ਦਾ ਅੰਮ੍ਰਿਤ ਵੇਲਾ ਸਾਮ੍ਹ ਕੇ ਮੁੜ ਕੇ ਫਿਰ ਲਿਆ ਹੁਣ ਸਾਡਾ ਘਰਾਂ ਨੂੰ ਜਾਣ ਦਾ ਟਾਈਮ ਹੋ ਚੱਲਾ ਸਾਨੂੰ ਪੁਰਾਣੀ ਟਿਹਰੀ ਦੀ ਫੋਟੋ ਵੀ ਲੱਗ ਗਈ ਆ ਤੇ ਆਹ ਹੈ ਜੀ ਮਹਿਲ ਉੱਚੇ ਥਾਂ ਆ ਪਹਾੜੀ ਨੀਵੇਂ ਥਾਂ ਥੱਲੇ ਨਦੀ ਹੈ ਇੱਥੋਂ ਪੁਲਸ ਹੀ ਜਿਹੜਾ ਪੁਰਾਣੀ ਟਿਹਰੀ ਨੂੰ ਕਨੈਕਟ ਕਰਦਾ ਸੀ ਦੁਨੀਆ ਦੇ ਨਾਲ ਆ ਸਾਰਾ ਥਾਂ ਇਸ ਵੇਲੇ ਡੁੱਬ ਚੁੱਕਾ ਹੈ ਇੱਥੇ ਵੀ ਕਲॉक ਟਾਵਰ ਸੀ ਗਰਾਉਂਡਾਂ ਸੀਗੀਆਂ ਇਧਰੋਂ ਵੀ ਨਦੀ ਆਉਂਦੀ ਹੈ ਉਧਰੋਂ ਵੀ ਨਦੀ ਆਉਂਦੀ ਹੈ ਨਦੀ ਇਹਦੇ ਚਾਰ ਸਫੇਰੇ ਘੁੰਮਦੀ ਸੀ ਇਧਰ ਵੀ ਨਿਕਲ ਕੇ ਜਾਂਦੀ ਸੀ ਉਰਲੇ ਪਾਸੇ ਵੀ ਜਾਂਦੀ ਸੀ ਆ ਥਾਂ ਸਾਰਾ ਜਿਹੜਾ ਥੱਲੇ ਦਾ ਥੱਲੇ ਇਦਾਂ ਹੀ ਹੈ ਅੱਜ ਵੀ ਪਾਣੀ ਦੇ ਵਿੱਚ ਇਹ ਰਾਜ ਮਹਿਲ ਹੈ ਤੇ ਅਸੀਂ ਜਿੱਥੇ ਬੋਟਿੰਗ ਵਾਲੇ ਥਾਂ ਗਏ ਸੀ ਉਹ ਇੱਥੇ ਇੱਕ ਜੀ ਸੀ ਕਿਤੇ ਆਹ ਥਾਂ ਸੀ ਹੁਣ ਆ ਪਾਣੀ ਪਾਣੀ ਐ ਸਾਰੇ ਥਾਂ ਨੀ ਭਾਜੀ ਕਦੀ ਨਹੀਂ ਇੱਥੇ ਆਏ ਬੇੜੀਆਂ ਦੇ ਕੋਲ ਇਹ ਇਹਨਾਂ ਦਾ ਅਸਲੀ ਜੱਦੀ ਪੁਸ਼ਤੀ ਪਿੰਡ ਐ ਤੇ ਅੱਜ ਹੁਣ ਕਹਿੰਦੇ ਮੈਂ ਤੇਰੇ ਨਾਲ ਪਹਿਲੀ ਵਾਰ ਇੱਥੇ ਆਇਆ ਤੇ ਆਪਣਾ ਪਿੰਡ ਵੇਖ ਕੇ ਕਿਦਾਂ ਲੱਗਾ ਬਚਪਨਾ ਸਾਰਾ ਯਾਦ ਆ ਜਾਂਦਾ ਐ ਅਸੀਂ ਆਂਦੇ ਸੀ ਇੱਧਰ ਪਰਦੇਸ ਤੇ ਇੱਥੇ ਗੁਰਦੁਆਰਾ ਸਾਹਿਬ ਕਿੱਥੇ ਜੀ ਸੀਗਾ ਦੱਸੋਗੇ ਗੁਰਦੁਆਰਾ ਸਾਹਿਬ ਜੀ ਉਹ ਸਾਹਮਣੇ ਸੀ ਅੱਛਾ ਉਹ ਜਿੱਥੇ ਰਾਜ ਮਹਿਲ ਸੀ ਉਹਦੇ ਲੱਗ ਗਈ ਹਾਂ ਜੀ ਹਾਂ ਜੀ ਨੋਰ ਰਾਜ ਮਹਿਲ ਦੇ ਤੱਲੇ ਸੀ ਬਸ ਅੱਛਾ ਅੱਛਾ ਉੱਥੇ ਹੀ ਸੀ ਹਾਂ ਇਹ ਸਕੋਚਾ ਸੀ ਤੀਰੀ ਡੈਮ ਇਹ ਆ ਜਿਹੜਾ VOTING area ਸਾਰਾ ਇਹ ਲੇਕ ਵੱਡੀ ਤੇ ਪੁਰਾਣੀ ਟਿਹਰੀ ਸ਼ਹਿਰ ਕਿੱਥੇ ਸੀ ਇਹ ਸਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ ਹੁਣ ਇਸ ਵੀਡੀਓ ਦੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਹੋਈਆਂ ਭੁੱਲਾਂ ਦੀ ਮਾਫੀ ਜੀ ਕਿਰਪਾ ਕਰਨ ਗੁਰੂ ਸਾਹਿਬ ਜਿੱਥੇ ਲੈ ਕੇ ਚੱਲਣਗੇ ਅੱਗੇ ਤੁਹਾਡੇ ਨਾਲ ਸਾਂਝਾਂ ਪੈਂਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ